ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਨਿਊਟ੍ਰੀਸ਼ਨਿਸਟ ਕਮਲਦੀਪ ਸਿੰਘ ਔਜਲਾ, ਈਰੂ ਡਾਇਟ ਨਿਊਟ੍ਰੀਸ਼ਨ ਤੋਂ। ਅਤੇ ਅੱਜ ਮੈਂ ਇੱਕ ਸ਼ੋਰਟ ਜਿਹਾ ਟੋਪਿਕ ਲੈ ਕੇ ਆਇਆ ਤੁਹਾਡੇ ਵਾਸਤੇ। ਉਹ ਹੈਗਾ ਆ ਕਿ ਕੀ ਅਸੀਂ ਡਰਾਈ ਫਰੂਟ, ਨਟਸ ਅਤੇ ਸੀਡਸ ਡਾਇਬਟੀਜ਼ ਦੇ ਵਿੱਚ ਖਾ ਸਕਦੇ ਹਾਂ ਜਾਂ ਨਹੀਂ। ਠੀਕ ਹੈ, ਸੋ ਮੇਰਾ ਜਵਾਬ ਹੈ ਜੀ ਹਾਂ, ਬਿਲਕੁਲ ਤੁਸੀਂ ਡਰਾਈ ਫਰੂਟ, ਨਟਸ ਅਤੇ ਸੀਡਸ ਜਿਹੜੇ ਆ ਉਹਨਾਂ ਨੂੰ ਜ਼ਰੂਰ ਖਾਓ, ਡਾਇਬਟੀਜ਼ ਵਿੱਚ ਖਾ ਸਕਦੇ ਹਾਂ, ਲੇਕਿਨ ਕੁਆਂਟਿਟੀ ਦਾ ਹਮੇਸ਼ਾ ਖਿਆਲ ਰੱਖਣਾ ਆ। ਕੋਈ ਵੀ ਇੰਟਰਨੈਟ ਦੇ ਉੱਪਰ ਤੁਹਾਨੂੰ ਸਹੀ ਕੁਆਂਟਿਟੀ ਨਹੀਂ ਦੱਸਦਾ, ਲੇਕਿਨ ਈਰੂ ਡਾਇਟ ਹਮੇਸ਼ਾ ਤੁਹਾਡੇ ਲਈ ਹੈ, ਤੁਹਾਨੂੰ ਹਮੇਸ਼ਾ ਸਹੀ ਗਾਈਡ ਕਰਨ ਵਾਸਤੇ ਕੋਸ਼ਿਸ਼ ਕਰਦਾ ਰਹੇਗਾ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਬਦਾਮ ਅਖਰੋਟ ਦੀ। ਤੁਸੀਂ ਬਦਾਮ ਅਖਰੋਟ ਖਾ ਸਕਦੇ ਹੋ, ਲੇਕਿਨ ਹਮੇਸ਼ਾ ਬਦਾਮ ਅਖਰੋਟ ਨੂੰ ਭਿਉਂ ਕੇ ਖਾਓ। ਠੀਕ ਹੈ, ਰਾਤ ਨੂੰ ਪਿਓ, ਮੋਰਨਿੰਗ ਦੇ ਵਿੱਚ ਉਹਨੂੰ ਛਿਲਕਾ ਉਤਾਰ ਕੇ ਖਾ ਲਓ। ਅਖਰੋਟ ਦਾ ਛਿਲਕਾ ਨਹੀਂ ਉਤਰੇਗਾ, ਅਖਰੋਟ ਨੂੰ ਛਿਲਕੇ ਸਮੇਤ ਖਾ ਲਓ। ਕਿਸ ਮਾਤਰਾ 'ਚ? ਜਾਂ ਤਾਂ ਤੁਸੀਂ 6 ਤੋਂ 8 ਗਿਰੀਆਂ ਬਦਾਮ ਦੀਆਂ ਖਾ ਸਕਦੇ ਹੋ, ਜਾਂ 2 ਤੋਂ 3 ਗਿਰੀਆਂ ਤੁਸੀਂ ਅਖਰੋਟ ਦੀਆਂ ਲੈ ਸਕਦੇ ਹੋ। ਠੀਕ ਹੈ, ਇਹ ਸੈਪਰੇਟ ਸੈਪਰੇਟ ਮੈਂ ਦੱਸ ਰਿਹਾ ਤੁਹਾਨੂੰ, ਜਾਂ 6 ਤੋਂ 8 ਗਿਰੀਆਂ ਬਦਾਮ, ਜਾਂ 2 ਤੋਂ 3 ਗਿਰੀਆਂ ਅਖਰੋਟ। ਠੀਕ ਹੈ, ਲੇਕਿਨ ਪਾਣੀ 'ਚ ਭਿਗੋ ਕੇ। ਜਦੋਂ ਆਪਾਂ ਨਟ ਸੀਡਸ ਅਤੇ ਡਰਾਈ ਫਰੂਟਸ ਦੀ ਗੱਲ ਕਰਦੇ ਹਾਂ ਨਾ, ਤਾਂ ਇਹਦੇ ਵਿੱਚ ਤਕਰੀਬਨ ਆਪਾਂ ਸਮਝ ਲਈਏ ਕਿ 20 ਤੋਂ 25% ਕਾਰਬੋਹਾਈਡਰੇਟ ਵੀ ਹੁੰਦੇ ਨੇ। ਕਾਰਬੋਹਾਈਡਰੇਟ ਸਾਨੂੰ ਪਤਾ ਸਾਡੀ ਸ਼ੂਗਰ ਨੂੰ ਵਧਾਉਂਦੇ ਆ, ਲੇਕਿਨ ਬਦਾਮਾਂ ਦਾ ਜਾਂ ਅਖਰੋਟਾਂ ਦਾ ਜਿਹੜਾ ਕਾਰਬੋਹਾਈਡਰੇਟ ਹੈਗਾ ਆ 20-25%, ਉਹ ਸਾਰੇ ਦਾ ਸਾਰਾ ਜਦੋਂ ਤੁਸੀਂ ਖਾਓਗੇ ਤਾਂ ਤੁਸੀਂ ਨਾਲ ਬਹੁਤ ਅੱਛੀ ਅਮਾਊਂਟ 'ਚ ਫੈਟਸ ਵੀ ਲੈ ਰਹੇ, ਗੁੱਡ ਫੈਟ ਲੈ ਰਹੇ, ਵਿਟਾਮਿਨ ਈ ਲੈ ਰਹੇ ਹਾਂ। ਠੀਕ ਹੈ, ਓਮੇਗਾ 3 ਫੈਟੀ ਐਸਿਡਸ ਲੈ ਰਹੇ ਹਾਂ, ਜਿਹੜੇ ਤੁਹਾਡੇ ਲਈ ਬੋਡੀ ਲਈ ਜ਼ਰੂਰੀ ਆ। ਥੋੜ੍ਹੀ ਜਿਹੀ ਮਾਤਰਾ ਦੇ ਵਿੱਚ ਤੁਸੀਂ ਨਾਲ ਪ੍ਰੋਟੀਨ ਵੀ ਹੁੰਦਾ ਆ। ਠੀਕ ਹੈ, ਫਾਈਬਰ ਕਾਫੀ ਹੁੰਦਾ ਆ ਇਹਨਾਂ ਦੇ ਵਿੱਚ, ਇਸ ਕਰਕੇ ਸੋ ਜਿਹੜਾ ਥੋੜ੍ਹਾ ਬਹੁਤ ਅਸੀਂ ਕਾਰਬੋਹਾਈਡਰੇਟ ਲੈ ਵੀ ਰਹੇ ਹਾਂ, ਇਹਦੇ ਬਾਰੇ ਘਬਰਾਉਣ ਦੀ ਲੋੜ ਨਹੀਂ ਹੈਗੀ। ਠੀਕ ਹੈ, ਲੇਕਿਨ ਹਮੇਸ਼ਾ ਲਓ ਘੱਟ ਮਾਤਰਾ 'ਚ। ਹੁਣ ਮੰਨ ਲਓ ਵੀ ਤੁਸੀਂ ਯੰਗ ਆ, ਤੁਹਾਡੀ ਉਮਰ 25 ਸਾਲ ਜਾਂ 20 ਸਾਲ ਜਾਂ ਇੱਦੀ ਹੈ, ਅਤੇ ਅਨਫੋਰਚੁਨੇਟਲੀ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਹੈਗੀ ਆ, ਸੀ ਉਸ ਕੇਸ ਦੇ ਵਿੱਚ ਤੁਸੀਂ ਆਪਣੀ ਬਦਾਮ ਜਾਂ ਅਖਰੋਟ ਖਾਣ ਦੀ ਮਾਤਰਾ ਨੂੰ ਥੋੜ੍ਹਾ ਵਧਾ ਵੀ ਸਕਦੇ ਹਾਂ, ਤੁਸੀਂ ਡਬਲ ਵੀ ਕਰ ਸਕਦੇ ਹਾਂ। ਠੀਕ ਹੈ, ਜਿੰਨੀ ਮੈਂ ਤੁਹਾਨੂੰ ਕੁਆਂਟਿਟੀ ਪਹਿਲਾਂ ਦੱਸੀ ਹੈ, 6 ਤੋਂ 8 ਗਿਰੀਆਂ ਜਾਂ 2 ਤੋਂ 3 ਗਿਰੀਆਂ ਅਖਰੋਟ, ਇਹਨੂੰ ਤੁਸੀਂ ਡਬਲ ਵੀ ਕਰ ਸਕਦੇ ਹੋ, ਇਹਦੇ ਵਿੱਚ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ। ਲੇਕਿਨ ਜੇ ਤੁਹਾਡੀ ਉਮਰ 45-50 ਸਾਲ ਦੀ ਹੈ, ਤਾਂ ਆਪਾਂ ਇਸੇ ਹੀ ਕੁਆਂਟਿਟੀ ਦੇ ਉੱਤੇ ਫਿਕਸ ਰਹਿਣਾ ਹੈ। ਠੀਕ ਹੈ, ਕੈਸ਼ਿਊ ਵਗੈਰਾ, ਕਾਜੂ ਜਿਹੜਾ ਆ ਇਹ ਆਪਾਂ ਅਵੋਇਡ ਕਰੀਏ। ਠੀਕ ਹੈ, ਕਿਉਂਕਿ ਇਹਦੇ ਵਿੱਚ ਜਿਹੜਾ ਆ ਉਹ ਕਾਰਬੋਹਾਈਡਰੇਟਸ ਦੀ ਮਾਤਰਾ ਥੋੜ੍ਹੀ ਜ਼ਿਆਦਾ ਹੁੰਦੀ ਆ। ਠੀਕ ਹੈ, ਹੈ ਤਾਂ ਇਹ ਵੀ ਬੋਡੀ ਲਈ ਅੱਛਾ ਆ, ਲੇਕਿਨ ਆਪਾਂ ਅਵੋਇਡ ਕਰੀਏ ਕਿਉਂਕਿ ਸਾਡੇ ਕੋਲ ਹੋਰ ਕਾਫੀ ਸਾਰੇ ਸੀਡ ਹੈਗੇ ਆ। ਅਗਲੇ ਜਿਹੜੇ ਸੀਡ ਤੁਸੀਂ ਜ਼ਰੂਰ ਖਾਣੇ ਆ, ਜਿਹੜੇ ਤੁਹਾਡੀ ਬੋਡੀ ਨੂੰ ਹੈਲਪ ਕਰਦੇ ਨੇ, ਉਹ ਪਹਿਲੇ ਨੰਬਰ 'ਤੇ ਹੈਗੇ ਆ ਜੀ ਚੀਆ ਸੀਡ, ਅਤੇ ਦੂਜੇ ਫਲੈਕਸ ਸੀਡ। ਠੀਕ ਹੈ, ਚੀਆ ਸੀਡ ਇੱਕ ਨਵਾਂ ਪ੍ਰੋਡਕਟ ਆ, ਬਾਹਰੋਂ ਇੰਪੋਰਟ ਹੋ ਕੇ ਆਉਂਦਾ ਆ, ਤੁਸੀਂ ਜ਼ਰੂਰ ਮਾਰਕੀਟ ਦੇ ਵਿੱਚ ਇਹਦੇ ਬਾਰੇ ਸੁਣਿਆ ਹੋਏਗਾ। ਫਲੈਕਸ ਸੀਡਸ ਅਸੀਂ ਅਲਸੀ ਨੂੰ ਕਹਿੰਦੇ ਹਾਂ, ਅਲਸੀ ਜੋ ਕਿ ਸਾਡੇ ਬਹੁਤ ਸਾਲਾਂ ਤੋਂ ਸਾਡੇ ਜਿਹੜੇ ਲੋਕ ਹੈਗੇ ਉਹ ਵਰਤਦੇ ਆ ਰਹੇ ਆ। ਸੋ ਅਲਸੀ ਅਤੇ ਚੀਆ ਸੀਡ ਜਿਹੜੇ ਨੇ ਇਹ ਜ਼ਰੂਰ ਆਪਣੀ ਡਾਇਟ ਦਾ ਹਿੱਸਾ ਬਣਾਓ। ਇੱਕ ਦਿਨ ਛੱਡ ਕੇ 2 ਚਮਚ ਅਲਸੀ ਜਾਂ ਚੀਆ ਸੀਡ ਪਾਣੀ 'ਚ ਭਿਗੋ ਕੇ ਜ਼ਰੂਰ ਖਾਓ, ਸੁੱਕੇ ਭੁੰਨ ਕੇ ਨਹੀਂ ਖਾਣੇ ਹੈਗੇ, ਪਾਣੀ 'ਚ ਭਿਉਂ ਕੇ ਤੁਸੀਂ 2 ਚਮਚ ਜ਼ਰੂਰ ਖਾਓ। ਠੀਕ ਹੈ ਜੀ, ਤੁਹਾਡੀ ਬੋਡੀ ਦੇ ਵਿੱਚ ਇਹ ਬਹੁਤ ਸਾਰਾ ਓਮੇਗਾ 3 ਫੈਟੀ ਐਸਿਡ ਡਿਲੀਵਰ ਕਰਨਗੇ, ਜਿਹੜਾ ਸਾਡੀ ਇਨਫਲਾਮੇਸ਼ਨ ਨੂੰ ਘਟਾਊਗਾ। ਇਨਫਲਾਮੇਸ਼ਨ ਜਦ ਵੀ ਘਟੇਗੀ ਸਾਡਾ ਬਲੱਡ ਸ਼ੂਗਰ ਲੈਵਲ ਇੰਪਰੂਵ ਹੁੰਦਾ ਆ। ਅੱਗੇ ਗੱਲ ਕਰੀਏ ਵੀ ਹੋਰ ਕਿਹੜੇ ਐਸੇ ਸੀਡ ਹੈਗੇ ਆ ਜਿਹੜੇ ਸਾਨੂੰ ਖਾਣੇ ਚਾਹੀਦੇ ਆ। ਦੇਖੋ ਜੀ, ਇਹਦੇ ਵਿੱਚ ਸਾਡੇ ਪੰਪਕਿਨ ਸੀਡ ਯਾਨੀ ਕਿ ਕੱਦੂ ਦੇ ਬੀ, ਸਨਫਲਾਵਰ ਸੀਡ ਯਾਨੀ ਕਿ ਸੂਰਜਮੁਖੀ ਦੇ ਬੀ, ਅਤੇ ਸੈਸਮੀ ਸੀਡ ਯਾਨੀ ਕਿ ਚਿੱਟੇ ਤਿਲ। ਇਹ 3 ਸੀਡ ਐਸੇ ਨੇ ਜਿਹੜੇ ਬਹੁਤ ਅੱਛੇ ਆ। ਇਹ ਸਾਰੇ ਹੀ ਸੀਡ ਜਿਹੜੇ ਨੇ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਮਿਨਰਲਸ ਅਤੇ ਵਿਟਾਮਿਨਸ ਦੇ ਨਾਲ ਭਰਪੂਰ ਆ। ਬਹੁਤ ਅੱਛਾ ਇਹਦੇ ਵਿੱਚ ਫੈਟੀ ਐਸਿਡਸ ਹੁੰਦੇ ਆ ਜਿਹੜੇ ਸਾਡੇ ਹਾਰਮੋਨਸ ਨੂੰ ਠੀਕ ਰੱਖਦੇ, ਸਾਡੀ ਬੋਡੀ ਲਈ ਬਹੁਤ ਜ਼ਰੂਰੀ ਆ। ਸੋ ਮੇਰੀ ਰਿਕੁਐਸਟ ਆ ਵੀ 10 ਗ੍ਰਾਮ ਮਾਤਰਾ 'ਚ, ਠੀਕ ਹੈ, ਥੋੜ੍ਹੇ ਬਹੁਤ ਜਿਹੜੇ ਇਹ ਸੀਡ ਵਗੈਰਾ ਰੋਜ਼ ਜ਼ਰੂਰ ਲਿਆ ਕਰੋ। ਹੁਣ ਤੁਸੀਂ ਇਹਨਾਂ ਨੂੰ ਆਪਣੇ ਦਿਨ 'ਚ ਇੱਦਾਂ ਡਿਵਾਈਡ ਕਰ ਸਕਦੇ ਵੀ ਸਵੇਰੇ ਜਾਂ ਬਦਾਮ ਖਾ ਲਏ ਜਾਂ ਅਖਰੋਟ ਖਾ ਲਏ, ਦੁਪਹਿਰ ਦੇ ਟਾਈਮ ਦੇ ਉੱਪਰ ਤੁਸੀਂ ਅਲਸੀ ਜਾਂ ਚੀਆ ਸੀਡ ਜਿਹੜੇ ਆ ਪਾਣੀ 'ਚ ਭਿਗੋ ਕੇ ਲੈ ਲਏ, ਐਂਡ ਸ਼ਾਮ ਦੇ ਟਾਈਮ 'ਤੇ 10 ਗ੍ਰਾਮ, ਠੀਕ ਹੈ, ਸਿਰਫ 10 ਗ੍ਰਾਮ ਯਾਨੀ 2 ਚਮਚੇ ਜਾਂ ਤਿਲ ਜਾਂ ਕੱਦੂ ਦੇ ਬੀਜ ਜਾਂ ਸੂਰਜਮੁਖੀ ਦੇ ਬੀਜ ਜਿਹੜੇ ਆ ਉਹ ਤੁਸੀਂ ਲੈ ਲਏ। ਸੋ ਜਦੋਂ ਤੁਸੀਂ ਇਹਨੂੰ ਇੱਦਾਂ ਬ੍ਰੇਕ ਡਾਊਨ ਕਰਕੇ 3 ਹਿੱਸਿਆਂ 'ਚ ਖਾਓਗੇ, ਤੁਸੀਂ ਪੂਰੇ ਦਿਨ ਦੇ ਵਿੱਚ ਲਗਭਗ 30 ਤੋਂ 35 ਗ੍ਰਾਮ ਨਟ ਸੀਡਸ ਖਾ ਸਕਦੇ ਹਾਂ, ਜੋ ਕਿ ਤੁਹਾਡੀ ਬੋਡੀ ਲਈ ਬਹੁਤ ਹੀ ਬੈਨੀਫਿਸ਼ੀਅਲ ਆ ਐਂਡ ਤੁਹਾਨੂੰ ਜ਼ਰੂਰ ਖਾਣੇ ਚਾਹੀਦੇ ਆ। ਠੀਕ ਹੈ,
ਇੱਦਾਂ ਨਾ ਕਰਿਓ ਵੀ ਸਾਰੇ 30-35 ਗ੍ਰਾਮ ਜਿਹੜੇ ਆ ਉਹ ਇੱਕੋ ਤਰ੍ਹਾਂ ਦਾ ਨਟ ਖਾਣਾ ਸ਼ੁਰੂ ਕਰ ਦਿਓ ਵੀ ਇਕੱਲੇ ਬਦਾਮ ਹੀ 35 ਗ੍ਰਾਮ ਖਾ ਲਏ ਆ, ਇਕੱਲੇ ਕੱਦੂ ਦੇ ਸੀਡ ਹੀ ਜਿਹੜੇ ਆ ਉਹ ਕੱਦੂ ਦੇ ਬੀ ਉਹ 35 ਗ੍ਰਾਮ ਖਾ ਲਏ। ਇੱਦਾਂ ਨਾ ਕਰੋ, ਵਰਾਇਟੀ ਰੱਖੋ, ਥੋੜ੍ਹੀ ਥੋੜ੍ਹੀ ਜਿਹੜੀ ਚੀਜ਼ ਆ ਥੋੜ੍ਹੀ ਥੋੜ੍ਹੀ ਮਾਤਰਾ ਦੇ ਵਿੱਚ ਅਲੱਗ ਅਲੱਗ ਟਾਈਮ 'ਤੇ ਜ਼ਰੂਰ ਖਾਓ, ਠੀਕ ਹੈ ਜੀ। ਸੋ ਮੈਂ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ। ਅਗਰ ਇਸ ਵੀਡੀਓ ਵਾਸਤੇ ਤੁਹਾਡੇ ਕੋਲ ਕੋਈ ਮਨ 'ਚ ਡਾਊਟ ਆ ਤੁਸੀਂ ਮੈਨੂੰ ਇਹਦੇ ਬਾਰੇ ਪੁੱਛ ਸਕਦੇ ਆ। ਹੋਰ ਵੀਡੀਓਜ਼ ਦੇਖਣ ਵਾਸਤੇ ਈਰੂਡਾਇਟ ਨਿਊਟ੍ਰੀਸ਼ਨ ਦੇ ਚੈਨਲ 'ਤੇ ਬਣੇ ਰਹੋ। ਅਗਰ ਤੁਸੀਂ ਮੇਰੀ ਡਾਇਬਟੀਜ਼ ਦੀਆਂ ਬਾਕੀ ਵੀਡੀਓਜ਼ ਨਹੀਂ ਦੇਖੀਆਂ ਤਾਂ ਮੈਂ ਰਿਕੁਐਸਟ ਕਰਦਾ ਮੇਰੇ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ ਚੈਨਲ 'ਤੇ ਜਾ ਕੇ ਤੁਸੀਂ ਸਾਰੀਆਂ ਵੀਡੀਓਜ਼ ਪੰਜਾਬੀ ਦੇ ਵਿੱਚ ਦੇਖ ਸਕਦੇ ਹਾਂ, ਠੀਕ ਹੈ, ਡਾਇਬਟੀਜ਼ ਦੇ ਨਾਲ ਸੰਬੰਧਿਤ। ਸੋ ਨਟਸ ਖਾਓ, ਬਦਾਮ ਖਾਓ, ਆਪਣੇ ਦਿਮਾਗ ਨੂੰ ਤੇਜ਼ ਕਰੋ, ਤੰਦਰੁਸਤ ਰਹੋ ਅਤੇ ਆਪਣੀ ਸਿਹਤ ਦਾ ਖਿਆਲ ਰੱਖੋ। ਆਪਾਂ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ 'ਚ, ਉਦੋਂ ਤੱਕ ਆਪਣਾ ਰੱਖੋ ਖਿਆਲ, ਟੇਕ ਕੇਅਰ, ਸਤਿ ਸ਼੍ਰੀ ਅਕਾਲ।